तोते उड़ाएंगे, तोते सिंह फसा के देखो गल ही कहनिया सौखिया ने। सीढ़ी भी किसी जोर वाले की चलती है। एक मैं गल की सी यार तेनू छोटे धक्का लाई जाते लाई जाते लाई चलो यहाँ जिथे पैर कड़ोली उ खड़े हैं आपकी मर्जी वह तो पिछे हट जाएंगे। नहीं नहीं किसी ने धक्या नहीं हट दो काफी चाहिए है। थापी ना मरवाया करो गुड़क मुड़क उड़ते रात में पर बड़े लोग जज करते उस हिसाब मैं तो बड़े ही करते हैं मैं सोच रहा शरीक है ना सानू कहते हैं कि दारू पीने भी चलो दारू ही पीते थोड़े मैं उन्होंने भट्टे तो नहीं मनाए अभी डर पे नहीं है ਇਹ ਲੋਕ ਡਰਦੇ ਹੋਣਗੇ ਅਸੀਂ ਨਹੀਂ ਡਰਦੇ ਪਿਆਰ ਕਰੋਗੇ ਪਿਆਰ ਮਿਲੂਗਾ ਮੁਕਾਬਲੇ ਕਰੋਗੇ ਤਾਂ ਫਿਰ ਟੂਣਾ ਮਿਲੂਗਾ ਅੱਜ ਤੱਕ ਕਦੇ ਮੇਰੇ ਗਾਣੇ ਦੇ ਵਿੱਚ ਕਿਸੇ ਨਸ਼ੇ ਦਾ ਨਾਮ ਆਇਆ ਅੱਜ ਤੱਕ ਦੱਸ ਦੋ ਗਵਾਹੀ ਹੈ ਲੋਕ ਆਪ ਹੀ ਗਾਣੇ ਗਾ ਕੇ ਆਪ ਹੀ ਨਸ਼ਾ ਛੜਾਊ ਕੇਂਦਰ ਵਾਲੇ ਬਣ ਜਾਂਦੇ ਨੇ ਹਥਿਆਰਾਂ ਦੀ ਗੱਲ ਕਰਦੇ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਸਿੱਧੂ ਮੂਸੇਵਾਲੇ ਦੇ ਹੁਸ਼ਿਆਰਪੁਰ ਦੇ ਵਿੱਚ ਹੋਏ ਬਸੰਤ ਮੇਲੇ ਦੀ ਉਹ ਖਾਸ ਫੁਟੇਜ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਉਹਨਾਂ ਨੇ ਇੱਕ ਨਹੀਂ ਬਲਕਿ ਕਈ ਠੋਕਵੇਂ ਬੈਸਟ ਰਿਪਲਾਈ ਕੀਤੇ ਅਤੇ ਆਪਣੇ ਨਾਲ ਖਹਿਣ ਵਾਲੇ ਸਾਰੇ ਛੋਟੇ ਵੱਡੇ ਸਿੰਗਰਾਂ ਨੂੰ ਲਪੇਟੇ ਦੇ ਵਿੱਚ ਲੈ ਲਿਆ। ਸਿੱਧੂ ਮੂਸੇਵਾਲੇ ਨੇ ਕਿਹੜੇ ਕਿਹੜੇ ਸਿੰਗਰ ਨੂੰ ਰਿਪਲਾਈ ਕੀਤਾ ਅਤੇ ਕੀ ਰਿਪਲਾਈ ਕੀਤਾ ਦੇਖਦੇ ਹਾਂ ਕਿ ਵੀਡੀਓ ਵਿੱਚ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਹੁਣੇ ਵੀਡੀਓ ਨੂੰ ਚਲਦੀ ਚਲਦੀ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਨਾਲ ਹੀ ਜਿਹੜੇ ਨੇ ਦੋਸਤ ਨਵੇਂ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵੱਲ ਜ਼ਰੂਰ ਔਨ ਕਰ ਲਓ ਤਾਂ ਕਿ ਇੰਡਸਟਰੀ ਦੀ ਹਰ ਛੋਟੀ ਵੱਡੀ ਖਬਰ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਤੱਕ। ਸੋ ਆਓ ਵੱਧਦੇ ਹਾਂ ਅੱਜ ਦੇ ਅਪਡੇਟ ਵੱਲ। ਕਿਹੜੇ ਦਰਖਤ ਦੇ ਪੱਤਿਆਂ 'ਚ ਜ਼ੋਰ ਕਿੰਨਾ ਹਵਾ 'ਚ ਚੱਲਦੀ ਉਹਨਾਂ ਦੀ ਕੜਕੜਾਹਟ ਤੋਂ ਪਤਾ ਲੱਗ ਜਾਂਦਾ ਹੈ। ਕਿਹੜੇ ਸਿੰਗਰ ਦੀ ਆਵਾਜ਼ ਅਤੇ ਸਰੋਤਿਆਂ 'ਚ ਉਹਦਾ ਪਿਆਰ ਕਿੰਨਾ ਵਿਰੋਧੀਆਂ ਵੱਲੋਂ ਘਬਰਾਹਟ ਦੇ ਵਿੱਚ ਦਿੱਤੇ ਜਾਂਦੇ ਬਿਆਨਾਂ ਤੋਂ ਪਤਾ ਲੱਗ ਜਾਂਦਾ ਹੈ। ਸੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਲ ਸਮੇਂ ਸਮੇਂ 'ਤੇ ਛੋਟੇ ਵੱਡੇ ਸਿੰਗਰ ਖਹਿੰਦੇ ਹੀ ਰਹਿੰਦੇ ਨੇ ਅਤੇ ਕੋਈ ਵੀ ਇਹ ਹਜੇ ਤੱਕ ਵੱਡਾ ਸਿੰਗਰ ਮੰਨਣ ਨੂੰ ਤਿਆਰ ਨਹੀਂ ਹੈ ਕਿ ਹੁਣ ਜੱਟ ਦਾ ਦੌਰ ਚੱਲ ਰਿਹਾ। ਇਸੇ ਤਰ੍ਹਾਂ ਹੀ ਸਮੇਂ ਸਮੇਂ 'ਤੇ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤੇ ਜਾਂਦੇ ਨੇ ਅਤੇ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਹੁਸ਼ਿਆਰਪੁਰ ਦੇ ਵਿੱਚ ਹੋਏ ਬਸੰਤ ਮੇਲੇ ਦੇ ਦੌਰਾਨ ਇੱਕ ਹੀ ਲਪੇਟੇ ਦੇ ਵਿੱਚ ਛੋਟੇ ਵੱਡੇ ਸਿੰਗਰ ਆਪਣੇ ਕਾਬੂ ਦੇ ਵਿੱਚ ਕਰ ਲਏ ਅਤੇ ਉਹਨਾਂ ਨੂੰ ਠੋਕਵੇਂ ਰਿਪਲਾਈ ਵੀ ਕਰ ਦਿੱਤੇ। ਰਿਪਲਾਈ ਕੀ ਨੇ ਆਓ ਦੇਖਦੇ ਹਾਂ ਕਿ ਵੀਡੀਓ ਵਿੱਚ। ਬਾਕੀ ਤੁਸੀਂ ਸਿੱਧੂ ਮੂਸੇਵਾਲੇ ਬਾਰੇ ਕੀ ਕਹੋਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ। ਪਰ ਬੜੇ ਲੋਕ ਤੁਹਾਨੂੰ ਜੱਜ ਕਰਦੇ ਉਸ ਹਿਸਾਬ ਨਾਲ ਮੈਨੂੰ ਤਾਂ ਬਾਹਲੇ ਹੀ ਕਰਦੇ ਆ ਫਿਰ ਮੈਂ ਸੱਜਰਾ ਸ਼ਰੀਕ ਹਾਂ ਨਾ ਤਾਂ ਕਰਕੇ ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਂਦੇ ਹੋ ਵੀ ਚਲੋ ਦਾਰੂ ਹੀ ਪੀਤੀ ਤੁਹਾਡੇ ਵਾਂਗੂ ਪਰ ਵੱਟੇ ਤਾਂ ਨਹੀਂ ਮਨਾਏ ਅਸੀਂ